ਜਸਵੀਰ ਭਾਈ, ਤੁਸੀਂ ਕੋਈ ਮੈਸੇਜ ਦੇਣਾ ਚਾਹੋ ਤੁਹਾਡੇ ਜਿਹੜੇ ਏਜ ਦੇ ਬ੍ਰਦਰ ਨੇ, ਉਹ ਯਕੀਨ ਕਰੋ ਮੈਨੂੰ ਬੜਾ ਖੁਸ਼ੀ ਹੁੰਦੀ, ਹੌਸਲਾ ਹੁੰਦਾ ਹੈ ਤੁਹਾਨੂੰ ਦੇਖ ਕੇ ਪਿਆ, ਕਿ ਹਜ਼ਾਰਾਂ ਦੇ ਦੋਸਤ ਜਿਹੜੇ ਤੁਹਾਡੀ ਏਜ ਦੇ ਨੇ, ਲੇਕਿਨ ਉਹ ਨਹੀਂ ਹੱਥ ਪਾਉਂਦੇ ਪਏ, ਉਹ ਕਹਿੰਦੇ ਨਹੀਂ ਸਾਡੇ ਵਾਸਤੂ ਕੰਮ ਬਾਹਰ ਹੈ। ਤੁਸੀਂ ਕੁਛ ਕਹਿਣਾ ਚਾਹੋ ਉਹਨਾਂ ਨੂੰ, ਜ਼ਰੂਰ ਕਹਿ ਲਓ ਜੀ। ਜੀ ਜਸਵੀਰ ਭਾਈ, ਨੈਟ ਨੇ ਬਹੁਤ ਪ੍ਰੋਬਲਮ ਬਣਾਈ ਹੈ ਜੀ, ਹੁਣ ਆ ਰਹੀ ਆਵਾਜ਼? ਅੱਛਾ ਜੀ, ਹਾਂ ਜੀ ਜੀ ਗੱਲ ਕਰੋ। ਮੈਂ ਕਿਹਾ ਕੋਈ ਮੈਸੇਜ ਦਿਓ ਜਿਹੜੇ ਤੁਹਾਡੀ ਏਜ ਦੇ ਬ੍ਰਦਰ ਨੇ ਸਾਡੇ, ਉਹ ਉਹਨਾਂ ਨੂੰ ਥੋੜੀ ਹੌਸਲਾ ਅਫਜ਼ਾਈ ਮਿਲੇ, ਉਹ ਵੀ ਸ਼ੁਰੂ ਕਰ ਸਕਣ। ਜੀ ਸਰ ਜੀ, ਹੌਸਲਾ ਇਹੀ ਆ, ਆਪਣੇ ਹੌਸਲੇ ਨਾਲ ਪੜ੍ਹਨਾ ਚਾਹੀਦਾ, ਦਿਲ ਨਹੀਂ ਛੱਡਣਾ ਚਾਹੀਦਾ। ਸਰ ਜੀ, ਮੇਰੀ 48 ਦੀ ਏਜ ਆ, ਮੈਂ ਆਪਣੇ ਹੌਸਲੇ ਨਾਲ ਲਾਇਸੈਂਸ ਕੀਤਾ ਅੱਜ, ਸਿਰਫ ਤੁਹਾਡੀ ਮਾਸ਼ਾਅੱਲਾ ਬਦੌਲਤ। ਮਾਸ਼ਾਅੱਲਾ। ਹਾਂਜੀ ਸਰ ਜੀ, ਮੈਨੂੰ 6 ਸਾਲ ਹੋ ਗਏ ਇੱਥੇ ਇਟਲੀ ਚ ਗੱਡੀ ਚਲਾਉਂਦੇ ਨੂੰ ਬਗੈਰ ਲਾਇਸੈਂਸ ਤੋਂ, ਫਿਰ ਵੀ ਅੱਜ ਕਾਮਯਾਬ ਹੋ ਗਿਆ। ਸਿਰਫ ਲਾਇਸੈਂਸ ਚਾਹੀਦਾ ਸੀ ਮੈਨੂੰ, ਅੱਜ ਮਿਲ ਗਿਆ। ਅੱਜ ਮਿਲ ਗਿਆ, ਗੁੱਡ ਗੁੱਡ। ਤੁਸੀਂ ਕੋਸ਼ਿਸ਼ ਕੀਤੀ, ਥੋੜਾ ਥੋੜਾ ਕਰਕੇ ਹੁੰਦਾ ਗਿਆ, ਹੈ ਨਾ? ਹਾਂਜੀ, ਤੁਹਾਡਾ ਜਿਸ ਸ਼ਹਿਰ 'ਚ